5108 ਰੋਪੜ ਦੀ। ਹਾਂ ਜੀ। ਤੇ ਆ ਤੁਸੀਂ ਲਾਈਵ ਦੇਖ ਲਓ, ਇਹਦੀ ਹਾਲਤ ਇਹ ਹੈ ਕਿ ਟਾਇਰ ਹੀ ਤੇ ਹੈ ਨਹੀਂ, ਆ ਤਾਰਾਂ ਨਿਕਲੀਆਂ ਹੋਈਆਂ। ਹੈਲੋ। ਹਾਂ ਜੀ ਸਰ। ਕਿਹਦੇ ਟਾਇਰ ਹੋ ਗਏ? ਕੋਈ ਨਹੀਂ ਸਰ, ਟਾਇਰ ਦੇ। ਕੀ ਕਹਿੰਦੇ? ਟਾਇਰ ਮੈਂ ਕਿਹਾ ਹੋ ਜਾਣਗੇ ਸਰ ਇਹਦੇ ਟਾਇਰ। कमानियां जी टुटियां हुई जी, ऑक्सीजन की पाइप है भी एक है नहीं पराली एम्बूलेंस का हाल, ਤੁਹਾਡੀ ਰੋਪੜ ਵਾਲੀ ਦਾ ਇਹ ਹਾਲ। ਤੁਹਾਡੀ ਕੰਪਨੀ ਸਰਕਾਰ ਕੋਲੋਂ ਪੈਸੇ ਲੈ ਕੇ ਮਤਲਬ ਕਿ ਇਹ ਕਿਹੜਾ ਖਿਲਵਾੜ ਲੋਕਾਂ ਨੇ ਜਾਨਾਂ ਨਾਲ ਕਰ ਰਹੀ ਹੈ? ਕਾਹਦੇ ਆ ਤੁਸੀਂ ਕੰਪਨੀ ਤੁਹਾਡੀ ਕਰਦੀ ਕੀ ਹੈ? ਮੈਂ ਸਵੇਰੇ ਤੁਹਾਡੇ ਖਿਲਾਫ ਕਾਰਵਾਈ ਨੂੰ ਲਿਖਾ ਰਿਹਾ, ਮੈਨੂੰ ਕੱਲ੍ਹ ਤੱਕ ਸਾਰੀਆਂ ਐਂਬੂਲੈਂਸਾਂ ਰੋਪੜ ਦੀਆਂ ਪੂਰੀਆਂ ਅਪਡੇਟ ਚਾਹੀਦੀਆਂ ਯਾਰ। ਦਿੱਕਤ ਕੁਛ ਵੀ ਹੈ ਮੇਰੀ ਗੱਲ ਸੁਣੋ, ਦਿੱਕਤ ਜੇ ਇੱਕ ਮਿੰਟ ਮੇਰੀ 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 ਗੱਲ ਸੁਣੋ, ਪਿੱਛੋਂ ਆਈ ਜਿੱਥੋਂ ਉਹ ਪਿੱਛੋਂ ਤੁਸੀਂ ਲੈ ਕੇ ਆਉਣੀ ਕਿ ਮੈਂ ਲੈ ਕੇ ਆਉਣੀ ਹੈ? ਕੋਈ ਆਕਸੀਜਨ ਪਾਈਪ ਦੀ ਕਮੀ ਨਹੀਂ ਚਾਹੀਦੀ, ਕੋਈ ਦਵਾਈਆਂ ਦੀ, ਕੋਈ ਟਾਇਰਾਂ ਦੀ, ਕੋਈ ਕਮਾਣੀ, ਕੋਈ ਕਮੀ ਨਹੀਂ ਚਾਹੀਦੀ। ਐਮਐਲਏ ਰੂਪੜ, ਮੈਂ ਥੋੜ੍ਹੀ ਇੱਕ ਦੂਜੀ ਐਂਬੂਲੈਂਸ ਦੇ ਕੋਲ ਆ ਗਿਆ ਹੁਣ, 5108 5108 ਰੋਪੜ ਦੀ। ਆ ਤੁਸੀਂ ਲਾਈਵ ਦੇਖ ਲਓ, ਇਹਦੀ ਹਾਲਤ ਇਹ ਹੈ ਕਿ ਟਾਇਰ ਹੀ ਤੇ ਹੈ ਨਹੀਂ, ਆ ਤਾਰਾਂ ਨਿਕਲੀਆਂ ਹੋਈਆਂ। ਹੈਲੋ। ਹਾਂ ਜੀ ਸਰ। ਕਿਹਦੇ ਟਾਇਰ ਹੋ ਗਏ? ਕੋਈ ਨਹੀਂ ਸਰ, ਟਾਇਰ ਦੇ। ਕੀ ਕਹਿੰਦੇ? ਟਾਇਰ ਮੈਂ ਕਿਹਾ ਹੋ ਜਾਣਗੇ ਸਰ ਇਹਦੇ ਟਾਇਰ। ਇਹਦੇ ਟਾਇਰ ਤੋਂ ਆਈ ਹੋਈ ਸਰ, ਇਹਦੇ ਹੋਲਾ ਮੋਲਾ ਕਰਕੇ ਕਰਾਏ ਨਹੀਂ ਹੈ। ਬਸ ਸਾਰਾ ਕੁਝ ਹੋਲਾ, ਆ ਤਾਰਾਂ ਕਿਤੇ ਹੋਲੇ ਮਿਲ ਥੋੜੀ ਨਿਕਲ ਗਈਆਂ ਤੇ ਥੱਲੇ ਇੱਕ ਮਿੰਟ ਪਹਿਲਾਂ ਗੱਲ ਸੁਣੋ ਮੇਰੀ ਪੂਰੀ। ਮੈਂ ਜੋ ਕਹਿ ਰਿਹਾ ਆ ਟਾਇਰਾਂ ਦੀ ਗੱਲ ਤੇ ਕਮਾਣੀਆਂ ਜਿਹੀਆਂ ਟੁੱਟੀਆਂ ਹੋਈਆਂ। ਜਿਹੜੀ ਤੁਹਾਡੀ ਆਕਸੀਜਨ ਦੀ ਪਾਈਪ ਹੈ ਉਹ ਇਹਦੇ ਚ ਵੀ ਇੱਕ ਹੈ ਨਹੀਂ। ਪਰਾਲੀ ਐਂਬੂਲੈਂਸ ਦਾ ਇਹ ਹਾਲ, ਤੁਹਾਡੀ ਰੋਪੜ ਵਾਲੀ ਦਾ ਇਹ ਹਾਲ। ਤੁਹਾਡੀ ਕੰਪਨੀ ਸਰਕਾਰ ਕੋਲੋਂ ਪੈਸੇ ਲੈ ਕੇ ਮਤਲਬ ਕਿ ਇਹ ਕਿਹੜਾ ਖਿਲਵਾੜ ਲੋਕਾਂ ਨੇ ਜਾਨਾਂ ਨਾਲ ਕਰ ਰਹੀ ਹੈ? ਤੁਹਾਡੀ ਭਰਤਕ ਵਾਲੀ ਐਂਬੂਲੈਂਸ ਤਾਂ ਤੁਹਾਡੀ ਖੜੀ ਹੈ, ਉਹਦੀ ਹਾਲਤ ਦੇਖ ਲਓ ਕੀ ਹੈ, ਕਿੰਨੀ ਉਹਦਾ ਕਰਦੇ ਆਹ ਤਾਂ ਜਿਹੜੀ ਸੁਣੋ ਯਾਰ, ਜਿਹੜੀ ਰੋਪੜ ਦੀ ਹੈ ਤੇ ਸਿੰਘਪੁਰ ਦੀ ਹੈ, ਆਹ ਮਤਲਬ ਟਾਇਰਾਂ ਦੀ ਹਾਲਤ ਨਾਲ ਕਮਾਣੀਆਂ ਤੇ ਈਵਨ ਕਿ ਆਕਸੀਜਨ ਪਾਈਪ ਆਕਸੀਜਨ ਪਾਈਪ ਤੱਕ ਜਿਹੜੀਆਂ ਤੁਹਾਡੀਆਂ 'ਚ ਹੈ ਨਹੀਂ ਤੇ ਕਾਹਦੇ ਆ ਤੁਸੀਂ ਕੰਪਨੀ ਤੁਹਾਡੀ ਕਰਦੀ ਕੀ ਹੈ? ਮੈਂ ਸਵੇਰੇ ਤੁਹਾਡੇ ਖਿਲਾਫ ਕਾਰਵਾਈ ਨੂੰ ਲਿਖਾ ਰਿਹਾ ਆਪਣਾ, ਮੈਨੂੰ ਕੱਲ੍ਹ ਤੱਕ ਸਾਰੀਆਂ ਐਂਬੂਲੈਂਸਾਂ ਰੋਪੜ ਦੀਆਂ ਪੂਰੀਆਂ ਅਪਡੇਟ ਚਾਹੀਦੀਆਂ। ਇੱਕ ਤਾਂ ਹੁੰਦਾ ਕਿ ਗਵਰਨਮੈਂਟ ਕੋਲ ਫੈਸਿਲਿਟੀ, ਤੁਸੀਂ ਗਵਰਨਮੈਂਟ ਕੋਲ ਪੈਸਾ ਲੈ ਕੇ ਹੱਲ ਕਰ ਰਹੇ, ਦੱਸੋ ਯਾਰ ਇਹ ਐਂਬੂਲੈਂਸ ਕਿੱਥੇ ਪਹੁੰਚਾਉਂਗੀ ਮਰੀਜ਼ ਨੂੰ ਤਾਰਾਂ ਵਾਲੀ? ਆਹ ਦਿਖਾਓ ਟਾਇਰ ਜੀ, ਮੇਰੇ ਤਾਂ ਪੇਜ ਤੋਂ ਲਾਈਵ ਦੇਖ ਲਓ ਇਹਦੇ ਟਾਇਰਾਂ ਦੀ ਹਾਲਤ ਕੀ ਹੈ, ਫਿਰ ਪਤਾ ਹੋਣ ਅੱਛਾ ਤੁਹਾਨੂੰ ਪਤਾ ਹੋਣ ਦੇ ਬਾਵਜੂਦ ਤੁਸੀਂ ਆਹ ਟਾਇਰਾਂ ਨਹੀਂ ਮੇਰੀ ਗੱਲ ਸੁਣੋ, ਤੁਹਾਡਾ ਨਾਮ ਕੀ ਹੈ, ਤੁਹਾਡੀ ਪੋਸਟ ਕਾਹਦੀ ਕੰਪਨੀ 'ਚ ਹੈ ਜੀ? ਕਲਸਟਰ ਮੈਨੇਜਰ। ਕੰਪਨੀ ਦਾ ਨਾਮ ਕੀ ਹੈ ਆਪਣੀ ਦਾ, ਦੁਬਾਰੇ ਬੋਲੋ? ਚਿਕਿਤਸਾ ਹੈਲਥ ਕੇਅਰ ਲਿਮਟਿਡ। ਤੇ ਤੁਹਾਨੂੰ, ਤੁਸੀਂ ਕਹਿੰਦੇ ਮੈਨੂੰ ਪਤਾ ਹੈ, ਤੁਹਾਨੂੰ ਪਤਾ ਹੋਣ ਦੇ ਬਾਵਜੂਦ ਕਿ ਐਂਬੂਲੈਂਸ ਦੀਆਂ ਦੇ ਜਿਹੜੇ ਟਾਇਰ ਤਾਰਾਂ ਨਿਕਲੀਆਂ ਹੋਈਆਂ, ਕਮਾਣੀਆਂ ਟੁੱਟੀਆਂ ਹੋਈਆਂ, ਆਕਸੀਜਨ ਨਹੀਂ, ਮੇਰੀ ਗੱਲ ਸੁਣੋ, ਆਕਸੀਜਨ ਪਾਈਪ ਇਹਦੇ 'ਚ ਹੈ ਨਹੀਂ, ਫਿਰ ਕਾਹਦੀ ਐਂਬੂਲੈਂਸ ਰਹਿ ਗਈ ਹੈ ਯਾਰ? ਦਿੱਕਤ ਕੁਛ ਵੀ ਹੈ ਮੇਰੀ ਗੱਲ ਸੁਣੋ, ਦਿੱਕਤ ਜੇ ਇੱਕ ਮਿੰਟ ਮੇਰੀ 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 ਗੱਲ ਸੁਣੋ, ਪਿੱਛੋਂ ਆਈ ਜਿੱਥੋਂ ਉਹ ਪਿੱਛੋਂ ਤੁਸੀਂ ਲੈ ਕੇ ਆਉਣੀ ਕਿ ਮੈਂ ਲੈ ਕੇ ਆਉਣੀ ਹੈ? ਗਲਤੀ ਛੋਟੀ ਨਹੀਂ ਹੈ ਇਹ, ਤੁਹਾਡੀ ਇਹ ਗਲਤੀ ਮੇਰੀ ਗੱਲ ਸੁਣੋ, ਗਲਤੀ ਛੋਟੀ ਨਹੀਂ ਹੈ, ਮਤਲਬ ਕਿ ਲੋਕਾਂ ਦਾ ਪੈਸਾ ਕੰਪਨੀ ਲੈ ਕੇ ਫਿਰ ਵੀ ਲੋਕਾਂ ਦੀ ਜਾਨਾਂ ਰੱਖ, ਇਹ ਹੁਣ ਤੱਕ ਤੁਹਾਨੂੰ ਕੋਈ ਪੁੱਛਣ ਵਾਲਾ ਸੀਗਾ ਨਹੀਂ ਪੰਜਾਬ 'ਚ, ਪਰ ਹੁਣ ਕੱਲ੍ਹ ਤੋਂ ਮੇਰੀ ਗੱਲ ਸੁਣ ਲਓ, ਕੱਲ੍ਹ ਸ਼ਾਮ ਤੱਕ ਇਕੱਲੀ ਐਂਬੂਲੈਂਸ ਜਿਹੜੀ ਉਹ ਅਪਡੇਟ ਚਾਹੀਦੀ ਹੈ ਪੂਰੀ, ਨਹੀਂ ਤਾਂ ਤੁਹਾਡੀ ਕੰਪਨੀ ਨੇ ਕੰਮ ਨਹੀਂ ਕਰਨਾ ਤਾਂ ਹੱਥ ਖੜੇ ਕਰ ਦੇ। ਕੰਮ ਹੁਣ ਐਂ ਨਹੀਂ ਹੋਣਾ ਕਿ ਗਵਰਨਮੈਂਟ ਤੋਂ ਪੈਸੇ ਲੈ ਕੇ ਮੁੜ ਕੇ ਆਪਣਾ ਘਰੇ ਬੈਠ ਗਏ ਕਿ ਲੋਕਾਂ ਨੂੰ ਸਹੂਲਤ ਦੇਣੀ ਨਹੀਂ ਹੈਗੀ, ਇਹ ਹੁਣ ਟਾਈਮ ਲੰਘ ਲਿਆ।
ਹਾਂ ਹੁਣ ਇਹ ਅੱਖਾਂ ਬੰਦ ਕਰਨ ਦਾ ਕੰਮ ਨਹੀਂ ਚੱਲਣਾ ਹੈਗਾ ਜੀ ਟਾਇਰ ਪਵਾਉਣ ਲਈ ਗੱਡੀ ਬੰਦ ਕਰਨ ਦੀ ਕੀ ਲੋੜ ਹੈ? ਕੋਈ ਗੱਲ ਨੀ, ਤੁਸੀਂ ਦੋ ਦਾ ਕਰਵਾ ਦੋ ਕੱਲ, ਤੀਜੀ ਦਾ ਕਰਵਾ ਦੋ ਪਰਸੋਂ। ਪਰ ਰੋਪੜ ਜ਼ਿਲ੍ਹੇ ਦੀ ਕੋਈ ਐਂਬੂਲੈਂਸ ਜਿਹੜੀ ਆ ਉਹਦੇ ਚ, ਰੋਪੜ ਦੀ ਕੋਈ ਵੀ ਐਂਬੂਲੈਂਸ ਚ 1% ਕਮੀ ਨੀ ਚਾਹੀਦੀ। ਕੰਮ ਕਰਨ ਦਾ ਤਰੀਕਾ ਬਦਲੋ, ਹੁਣ ਜਿਹੜਾ ਪੁਰਾਣਾ ਤਰੀਕਾ ਛੱਡ ਦੋ, ਤਰੀਕੇ ਬਦਲੋ ਕੰਮ ਕਰਨ ਦੇ। ਇੱਕ ਪੈਸਾ ਲੋਕਾਂ ਲੱਗਣਾ ਚਾਹੀਦਾ। ਕੋਈ ਆਕਸੀਜਨ ਪਾਈਪ ਦੀ ਕਮੀ ਨੀ ਚਾਹੀਦੀ, ਕੋਈ ਦਵਾਈਆਂ ਦੀ, ਕੋਈ ਟਾਇਰਾਂ ਦੀ, ਕੋਈ ਕਮਾਣੀ, ਕੋਈ ਕਮੀ ਨੀ ਚਾਹੀਦੀ। ਆਪਣੇ ਅਧਿਕਾਰੀਆਂ ਨੂੰ ਦੱਸ ਦਿਓ। ਅੱਛਾ ਮੇਰੀ ਗੱਲ ਸੁਣੋ, ਤੁਹਾਡੀ ਇਹਦੀ ਐਂਬੂਲੈਂਸ ਦੀ ਇੰਸਪੈਕਸ਼ਨ ਜਿਹੜੀ ਹੈ ਉਹ ਡਿਸਟ੍ਰਿਕਟ ਲੈਵਲ ਤੇ ਕੌਣ ਕਰਦਾ? ਕੌਣ ਤੇ ਡੀਐਮਸੀ ਨੇ ਦੇਖੀ ਨੀ ਤੁਹਾਡੀ ਇਹਦੇ ਟਾਇਰਾਂ ਦੀ ਹਾਲਤ ਕੀ ਹੈ? ਥੋੜੇ ਦਿਨ ਪਹਿਲਾਂ ਡੀਐਮਸੀ ਇਹ ਵਾਰ ਗੱਲ ਸੁਣ ਯਾਰ, ਇੱਕ ਤਾਂ ਮਰੀਜ਼ ਲੈ ਕੇ ਜਾ ਰਹੇ, ਡੀਐਮਸੀ ਨੇ ਤੁਹਾਡੀ ਲਾਸਟ ਇੰਸਪੈਕਸ਼ਨ ਇਹਦੀ ਕਦੋਂ ਕੀਤੀ ਐਂਬੂਲੈਂਸ ਦੀ? ਮੈਂ ਤੁਹਾਨੂੰ ਇੱਕ ਮਹੀਨੇ ਚ ਡੀਐਮਸੀ ਨੇ ਇਹਦੀ ਕੋਈ ਨੀ ਕੀਤੀ ਇੰਸਪੈਕਸ਼ਨ? ਕੀਤੀ ਹੋਣੀ ਹੈ ਤੇ ਚੈੱਕ ਕਰਕੇ ਤੁਹਾਡੇ ਤੇ ਕੋਈ ਸਾਇੰਸ ਹੁੰਦਾ ਕੀਤੇ ਹੋਣੇ ਆ। ਕੋਈ ਗੱਲ ਨੀ, ਮੈਂ ਡੀਐਮਸੀ ਨਾਲ ਸਵੇਰੇ ਨਹੀਂ ਦੇਖਣਾ। ਚਲੋ ਓਕੇ, ਠੀਕ ਹੈ, ਕੱਲ ਤੱਕ ਤੁਹਾਨੂੰ, ਕੱਲ ਤੱਕ ਦਾ ਟਾਈਮ ਹੈ। ਓਕੇ।